ਕਰਜ਼ੇ ਦੇ ਦੈਂਤ ਨੇ ਇੱਕ ਹੋਰ ਅੰਨਦਾਤਾ ਨੂੰ ਨਿਗਲਿਆ। ਮਾਮਲਾ ਹੈ ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਦਾ, ਜਿੱਥੇ ਕਰਜ਼ੇ ਤੋਂ ਦੁਖੀ ਹੋਏ ਕਿਸਾਨ ਨੇ ਖੁਦਕੁਸ਼ੀ ਕਰਨ ਦਾ ਰਾਹ ਚੁਣ ਲਿਆ ਅਤੇ ਉਹ ਆਪਣੀ 3 ਕੁੜੀਆਂ ਅਤੇ 1 ਪੁੱਤ ਨੂੰ ਹਮੇਸ਼ਾ ਲਈ ਛੱਡ ਕੇ ਚੱਲ ਵਸਿਆ। ਦੱਸਿਆ ਜਾ ਰਿਹਾ ਕਿ ਕਿਸਾਨ ਸੁਖਦੇਵ ਸਿੰਘ ਆਪਣੀ ਕੁੜੀਆਂ ਦੇ ਵਿਆਹ ਤੋਂ ਪਿੱਛੋਂ ਕਰਜ਼ਈ ਹੋ ਗਿਆ ਸੀ ਅਤੇ ਉਸਦਾ ਇੱਕ ਮੁੰਡਾ ਵੀ ਸੀ ਜੋ ਕਿ ਵਿਦੇਸ਼ ਦੇ ਵਿੱਚ ਸੈੱਟ ਨਾ ਹੋ ਸਕਿਆ। ਇਸ ਤੋਂ ਇਲਾਵਾ ਸੁਖਦੇਵ ਸਿੰਘ ਦੇ ਕੋਲ ਮਹਿਜ਼ 2 ਏਕੜ ਪੈੜੀ ਵੀ ਸੀ, ਜਿਸ ਦੇ ਚੱਲਦਿਆਂ ਉਹ ਕਰਜ਼ਾ ਨਾ ਮੋੜ ਸਕਿਆ ਅਤੇ ਕਰਜ਼ੇ ਦੀ ਚਿੰਤਾ ਉਸਨੂੰ ਵੱਡ ਵੱਡ ਕੇ ਖਾ ਰਹੀ ਸੀ। ਜਿਸ ਤੋਂ ਬਾਅਦ ਦੁਖੀ ਹੋਏ ਇਸ ਅੰਨਦਾਤਾ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਅਤੇ ਜਦੋਂ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੂਜੇ ਦਿਨ ਉਸਦੀ ਮੌਤ ਹੋ ਗਈ। ਕਰਜ਼ਾ ਜੀ ਦੇਖੋ ਕੋਈ 8-7 ਲੱਖ ਰੁਪਏ ਦਾ ਹੋਊਗਾ ਲਗਭਗ ਜੀ। ਕਿੰਨੀ ਪੈ ਗਈ? ਪੈਲੀ ਇਹਦੇ ਕੋਲ ਅੰਦਾਜ਼ਾ ਕੋਈ 1.5-2 ਕਿੱਲੇ ਪੈਲੀ ਹੈ। ਦੇ ਹਾਲਾਤ ਠੀਕ ਨਹੀਂ ਸੀਗੇ ਜੀ। ਕਿਸ ਤਰ੍ਹਾਂ ਮਤਲਬ? ਕਿਸ ਤਰ੍ਹਾਂ ਕਰਜ਼ਾ ਹੋਣ ਕਰਕੇ ਬੱਚਿਆਂ ਦਾ ਵਿਆਹ ਗੁੜੀਆਂ ਦਾ ਕੀਤਾ ਨੇ। ਕਿੰਨੇ ਬੱਚੇ? ਬੱਚੇ ਦੇ 4 ਬੱਚੇ ਜੀ, 3 ਲੜਕੀਆਂ 1 ਲੜਕਾ ਜੀ। ਅੱਜ ਉਹ ਬਾਹਰ ਗਿਆ ਸੀ ਪਰ ਉੱਥੇ ਸੈਟਲ ਨਹੀਂ ਗਾ ਜੀ, ਉਹਦੇ ਕਰਕੇ ਪਰੇਸ਼ਾਨ ਜ਼ਿਆਦਾ ਰਹਿੰਦਾ ਸੀ। ਬਸ ਜਿਹਨੇ ਘਰ ਦੇ ਵਿੱਚ ਇਕੱਲਾ ਸੀਗਾ ਅਤੇ ਇਸਨੇ ਆਪ 'ਤੇ ਤੇਲ ਪਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜੀ। ਉਸ ਤੋਂ ਬਾਅਦ ਉਹਨੂੰ ਹੋਸਪਿਟਲ ਲਿਆ ਗਿਆ ਜੀ, ਮੈਡੀਕਲ ਫਰੀਦਕੋਟ, ਅਤੇ ਦੂਸਰੇ ਦਿਨ ਡੈਥ ਹੋ ਗਈ ਜੀ। ਹਾਂਜੀ, ਪਰੇਸ਼ਾਨ ਤਾਂ ਸੀਗਾ ਜੀ, ਕਿਉਂ ਵੀ ਹੁੰਦਾ ਵੀ ਗੌਰਮੈਂਟ ਕੋਈ ਸਹਾਇਤਾ ਦਿੰਦੀ ਸਾਨੂੰ ਨਹੀਂ ਮਿਲੇਗੀ। ਕਿਸਾਨ ਛੋਟਾ ਕਿਸਾਨ ਸੀ, ਥੋੜ੍ਹੀ ਜ਼ਮੀਨ ਸੀ, 3 ਕੁੜੀਆਂ ਸੀ, 1 ਮੁੰਡਾ ਸੀ ਜੋ ਬਾਹਰ ਗਿਆ ਸੀਗਾ। ਕੁੜੀਆਂ ਦੇ ਵਿਆਹ ਤੋਂ ਬਾਅਦ ਕਰਜ਼ਾਈ ਹੋ ਗਿਆ, ਉਹ ਪਰੇਸ਼ਾਨ ਰਹਿੰਦਾ ਸੀ, ਇਸ ਕਰਕੇ ਉਹਨੇ ਪਰਸੋਂ ਜਿਹੜੀ ਘਟਨਾ ਕਰ ਲਈ। 1.5-2 ਕਿੱਲੇ ਜ਼ਮੀਨ ਮਸਾ ਹੋ ਗਈ ਸੀ, 4-5 ਲੱਖ ਰੁਪਇਆ ਸਿਰ ਹੋ ਗਿਆ ਸੀ। ਨਹੀਂ, ਜਿਹੜਾ ਦਾ ਬੇਟਾ ਗਿਆ ਸੀ ਬਾਹਰ ਉਹ ਵੀ ਸੈੱਟ ਨਹੀਂ ਸੀ, ਉਹਦੇ ਕਰਕੇ ਵੀ ਪਰੇਸ਼ਾਨੀ ਸੀਗੀ। ਇਹ ਪਰੇਸ਼ਾਨ ਸੀਗਾ, ਘਰੇ ਇਕੱਲਾ ਸੀਗਾ ਜੀ, ਤੇਲ ਪਾ ਲਿਆ, ਸਾੜ ਲਿਆ ਆਪਣੇ ਆਪ ਨੂੰ, ਉਹਦੇ ਘਰਦਿਆਂ ਚੱਕ ਕੇ ਬੜੀ ਕੋਸ਼ਿਸ਼ ਕੀਤੀ, ਮੈਡੀਕਲ 'ਚ ਲਿਆਂਦਾ ਜੀ, ਇੱਥੇ ਉਹਦੀ ਅੱਜ ਡੈਥ ਹੋ ਗਈ ਜੀ। ਬਹੁਤ ਦੁੱਖ ਦੀ ਗੱਲ ਹੈ, ਪਰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਛੋਟੇ ਕਿਸਾਨ ਨੂੰ ਇਹਦੀ ਸਹਾਇਤਾ ਕੀਤੀ ਜਾਵੇ। ਉੱਧਰ ਪੁਲਿਸ ਨੇ ਵੀ ਕਾਰਵਾਈ ਕਰਦਿਆਂ ਹੋਇਆਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਸੂਚਨਾ ਮਿਲੀ ਸੀ ਵੀ ਸੁਖਦੇਵ ਸਿੰਘ ਪੁੱਤਰ ਭਜਨ ਸਿੰਘ ਵਾਸੀ ਮੰਦਰ ਚਾਣਾ ਨੇ ਆਪਣੇ ਆਪ ਨੂੰ ਮੰਦਰ ਦਾ ਦੇਸ਼ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸੰਬੰਧੀ 174 ਦੀ ਕਾਰਵਾਈ ਅਮਲ 'ਚ ਮੈਡੀਕਲ ਹਸਪਤਾਲ ਦਾਖਲ ਸੀ, ਉੱਥੇ ਦੀ ਅੱਜ ਮੌਤ ਹੋ ਗਈ। ਕੀ ਕਰ ਰਹੇ ਪੁਲਿਸ ਨੂੰ 174 CRPC ਤਹਿਤ ਕਾਰਵਾਈ ਅਮਲ 'ਚ ਲੈਂਦੀ ਜਾ ਰਹੀ। ਸਰ ਦੱਸਿਆ ਜਾ ਰਿਹਾ ਕਿ ਉਹ ਉਸ 'ਤੇ ਜਿਹੜਾ ਕਾਫੀ ਕਰਜ਼ਾ ਸੀ, ਜਿਸ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ ਦਿਮਾਗੀ ਤੌਰ 'ਤੇ। ਇਸ ਸੰਬੰਧ 'ਚ ਮੇਰੇ ਨੋਟ 'ਚ ਕੋਈ ਨਹੀਂ, ਬਿਆਨ 'ਚ ਜ਼ਰੂਰ ਉਹਨਾਂ ਨੇ ਦਿਖਾਇਆ, ਉਹਨੇ ਆਪ ਸੁਖਦੇਵ ਸਿੰਘ ਨੇ ਵੀ ਮੇਰੇ ਸਿਰ ਕਰਜ਼ਾ ਸੀ ਜਿਸ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀਗਾ, ਇਸ ਕਰਕੇ ਉਹਨੇ। ਜ਼ਿਕਰਯੋਗ ਹੈ ਕਿ ਸੂਬੇ ਅੰਦਰ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀਆਂ ਖੁਦਕੁਸ਼ੀਆਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਨੇ ਕਿ ਇੱਕ ਵਾਰ ਫਿਰ ਤੋਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ। ਫਰੀਦਕੋਟ ਤੋਂ ਗੁਰਜੀਤ ਰਵਾਣਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ, ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।